असि खान साहब नो एक मशवरा देते असि खुदा दे बंदिया हुजूर दी नामोस नो खड़ा हो जा तेरी हुकूमत रो मालिक तमाम बख्शे अल्लाह कहंदा सी नहीं फ्रांस नाराज हो गया तो फिर रुपए की कदर गिरेगी हुकूमत चली जाएगी फिर हमारी ये हो जाएगा वो हमारे खिलाफ हो जाएगा हुकूमत चली गई जेल भी आ गई काश जनाब खत्म नबूवत के नामों से रिसालत ने पहरा दे के जेल जाते घड़ी चोर बन के लग जाते काश ऐ इल्जाम लेके जेल ना जाता नामों से रिसालत ने पहरा दे के जाता तेरे इंसाफी तेरे नाल खड़े होंदे ना होंदे लबैक तेरे नाल खड़े होंदे ये तो नौ महीने तो बाद नजर भी ना आए करके असी तेरे नाल खड़े होंगे लेकिन मैनू दसो कोई आके इस्लाम वास्ते निकलना हराम है ते इमरान वास्ते हलाल है ते इड्डी भी ते लोटे नु दंदे ते कौम नु भी एक पैगाम है इना सारे अंदर ते दुनियादार भी बड़े बैठे ने कलमा सारे ने जिन्ना मैं पढ़या ना तुसा भी उतना ही पढ़या मैं कोई वध कलमा नहीं पढ़या कि मैं कहां मैं बड़ा मुसलमान हां जितना कलमा पढ़ के तुसी मुसलमान होए हो मैं भी उतना ही कलमा पढ़ के मुसलमान हां मेरा एक सवाल है बाबा जी गल करते होंगे सर ईमानदारी नाल दसो सच साबित होई है कि नहीं होई के हजरत यूसुफ अलैहि सलाम दी सिर्फ कीमत लगी सी मिस्र च जदों तक पूरा मिस्र जनाब यूसुफ अलैहि सलाम दे कदमां च विकिया नहीं अल्लाह ने उन्हां दी मोहताजी दूर नहीं की मैनूं तुसी दसो मेरे आका ते यूसुफ अलैहि सलाम दे इमाम ने इमाम उल अंबिया ने उन्हां दी फिल्मां बणियां खाके बणे तौहीन होई ਉੱਥੇ ਨਾ ਇਮਰਾਨ ਨੂੰ ਗੈਰਤ ਆਈ ਸ਼ਿਵਾ ਸ਼ਰੀ ਵੀ ਚੱਕੀਆਂ ਪਾਣ ਪੜ ਗਿਆ ਨਾ ਉਹਨੂੰ ਗੈਰਤ ਆਈ ਨਾ ਪੀਡੀਐਮ ਦੇ ਕਿਸੇ ਜਨਾਬ ਆਲਾ ਸਰਕਰਦੇ ਨੂੰ ਗੈਰਤ ਆਈ ਇੱਕੋ ਗੱਲ ਯਾਦ ਰੱਖ ਲਓ ਕਿ ਅਸੀਂ ਤੁਹਾਨੂੰ ਅੱਜ ਵੀ ਮੌਮਿਨਾਂ ਦਾ مشورہ ਦੇ ਰਹੇ ਆ ਜਿਹੜੇ ਅੱਜ ਬੈਠੇ ਨੇ ਉਹਨਾਂ ਨੂੰ ਵੀ ਜੇ ਰਹਿ ਉਹ ਨਹੀਂ ਤੇ ਰਹਿਣਾ ਤੁਸੀਂ ਵੀ ਨਹੀਂ ਸਦਾ ਬਾਦਸ਼ਾਹੀ ਮੇਰਾ ਸ਼ਾਹ ਸ਼ਾਹ ਨਾਮੋ ਸੇ ਰਸਾਲਤ ਨੂੰ ਗੱਦਾਰੀ ਨਾ ਕਰਨਾ ਐ ਪਿੰਨ ਕੇ ਲਿਆਂਦੇ ਨੇ 1 ਅਰਬ ਡਾਲਰ ਤੇ ਇੱਕ ਸਲਾਬ ਆਂਦਾ ਜਨਾਬ 10 ਅਰਬ ਡਾਲਰ ਦਾ ਨੁਕਸਾਨ ਹੋ ਜਾਂਦਾ ਪਿੰਨ ਕੇ ਲਿਆਂਦੇ ਨੇ 2 ਅਰਬ ਡਾਲਰ ਫਿਰ ਕੋਈ ਜ਼ਲਜ਼ਲਾ ਆਉਂਦਾ ਸਲਾਬ ਆਉਂਦਾ ਤੇ ਜਨਾਬ 20 ਅਰਬ ਡਾਲਰ ਦਾ ਨੁਕਸਾਨ ਹੋ ਜਾਂਦਾ ਹੈ ਮਵਾਸਲਾਤ ਤਬਾ ਇਹ ਹੋਇਆ ਕਿ ਨਹੀਂ ਹੋਇਆ ਪਹਿਲੇ ਦਰਿਆ ਸੰਦੇ ਸਲਾਬ ਆਇਆ ਅੱਧਾ ਪਾਕਿਸਤਾਨ ਪਹਿਲੇ ਰੋੜੀ ਬੈਠਿਆ ਹੁਣ ਸਤਲੁਜ ਚੱਕਲਿਆ ਪਾਣੀ ਛੋੜਿਆ ਤੇ ਬੱਚਾ ਕੁਝ ਹੋਰ ਰੁੜ ਗਿਆ ਕਿੱਥੇ ਖੜੀ ਹੈ ਕੌਮ ਕਿ ਅਜੇ ਤੁਹਾਨੂੰ ਹੋਸ਼ ਨਹੀਂ ਆਈ ਅਜੇ ਵੀ ਰਸੂਲullah ਦੇ دین ਨਾਲ ਖੜੇ ਹੋ ਜਾਓ ਮੌਲੀ ਸਾਹਿਬ ਤੱਤੀ ਬੜੀ ਮਹਿੰਗੀ ਹੋ ਗਈ ਤੁਸੀਂ ਨਿਕਲੋ ਯਾਰਾ ਯਾਰਾ ਨਾਮੋ ਸੇ ਰਸਾਲਤ ਵਾਸਤੇ 2017 ਚ ਬਾਬਾ ਜੀ ਨਿਕਲੇ 2020 ਚ ਨਿਕਲੇ ਕੌਮ ਨੇ ਕਿਹਾ ਮੌਲਵੀਆਂ ਨੂੰ ਇਹ دین ਕਿਹਨੇ ਸਿਖਾਇਆ ਰੋਣਾ ਬੰਦ ਕਰ ਅੱਲਾਹ ਇਹ ਸੜਕਾਂ ਬੰਦ ਕਰਕੇ ਬਹਿ ਜਾਣਾ ਇਹ ਕਿਹੜਾ دین ਹੈ ਅੱਜ ਬੱਤੀ ਦੇ ਬਿੱਲ ਆਏ ਨੇ ਮਾਸ਼ਾਅੱਲਾ ਬਿੱਲ ਬਾਹਰ ਆਏ ਨੇ ਕਿ ਚਸ ਆਈ ਕਿ ਨਹੀਂ ਹਾਏ ਕੌਮ ਫਿਰ ਹੁਣ ਕਹਿੰਦੀ ਹੁਣ ਮੌਲਵੀ ਨਿਕਲਣ ਨਾ ਮੌਲਵੀ ਕਿਉਂ ਨਹੀਂ ਨਿਕਲ ਰਹੇ ਬੰਦਾ ਪੁੱਛੇ ਯਾਰ ਤੈਨੂੰ ਜਿਤਨੀ ਬਿਜਲੀ ਦੇ ਬਿੱਲ ਤੇ ਗੈਰਤ ਆਈ ਹੈ ਇਹਦੀ ਅੱਧੀ ਵੀ ਹਜ਼ੂਰ ਦੀ ਇੱਜ਼ਤ ਵਾਸਤੇ ਆਈ ਹੁੰਦੀ ਅੱਜ ਮੁਲਕ ਦਾ ਨਕਸ਼ਾ ਬਣ ਗਿਆ ਅੱਜ ਵੀ ਤੋਂ ਅੱਲਾਹ ਦੀ ਕਸਮ ਹੈ ਇਮਾਨਦਾਰੀ ਨਾਲ ਕਹਿ ਰਿਹਾ ਇਹ ਸਾਰੀਆਂ ਮਹਿੰਗਾਈਆਂ ਤੇ ਤਕਲੀਫਾਂ ਖਤਮ ਹੋ ਸਕਦੀਆਂ ਨੇ ਬਸ਼ਰਤੇ ਕਿ ਤਖਤ ਤੇ ਕੋਈ ਮੁਹੰਮਦ ਅਰਬੀ ਦਾ ਫਕੀਰ ਬੈਠਾ ਹੋਵੇ ਅਨਵਾਰੁੱਲਾ ਕਾਕੜ ਜੈਸਾ ਬੰਦਾ ਬੈਠਾ ਹੋਵੇ ਤੇ ਇਹ ਤੇ ਨਾ ਜਨਾਬ ਕਹਿੰਦਾ ਮੈਂ ਪਤਾ ਕਰਾਇਆ ਕੋਈ ਬਿਜਲੀ ਚੋਰੀ ਨਹੀਂ ਹੋ ਰਹੀ ਕੋਈ ਇਦਾਰਾ ਮੁਫਤ ਬਿਜਲੀ ਨਹੀਂ ਲੈ ਰਿਹਾ 34 ਕਰੋੜ ਯੂਨਿਟ ਜਿਹੜੇ ਮਹਾਨਾ ਦਾ ਰਿਪੋਰਟ ਪੇਸ਼ ਹੋਈ ਹੈ ਉਹਦੀ ਤਸਦੀਕ ਕਿਨੇ ਕਰਨੀ ਕਹਿੰਦਾ ਮੈਂ ਪਤਾ ਕੀਤਾ ਬਈ ਤੈਨੂੰ ਤੇ ਅਗਲੇ ਲੈ ਕੇ ਆਏ ਨੇ ਆਪਣੀਆਂ ਚੰਨਾ ਛੁਪਾਉਣ ਵਾਸਤੇ ਤੇਰੀ ਗਵਾਹੀ ਕਬੂਲ ਹੀ ਨਹੀਂ ਇਹ ਤੇ ਕਿਸੇ ਰੇੜੀ ਵਾਲੇ ਨੂੰ ਦੇਣਾ ਜ਼ਿੰਮੇਵਾਰੀ ਇਹ ਤੇ ਕਿਸੇ ਮਜ਼ਦੂਰ ਨੂੰ ਦੇਣਾ ਜ਼ਿੰਮੇਵਾਰੀ ਜਿਸ ਗਰੀਬ ਤੇ 17 ਯੂਨਿਟ ਦਾ ਬਿੱਲ 2700 ਆਇਆ ਉਹ ਤੇ ਤਲਾਸ਼ੀ ਕਰਕੇ ਦੱਸੇ ਕਿ ਚੋਰੀ ਹੋ ਰਹੀ ਹੈ ਹੁਣ ਵੀ ਪਹੁੰਚੋ ਕੇ ਗੁੱਸਾ ਨਿਕਲ ਰਿਹਾ ਤੇ ਉਹ ਦਿਹਾੜੀਦਾਰ ਦੀ ਕੁੰਡੀ ਦੇ ਉੱਤੇ ਗੁੱਸਾ ਚੜ ਰਿਹਾ ਬਾਕੀ ਵੱਡੇ ਵੱਡੇ ਦੇ ਨਾਮ ਮਗਰ ਬਸਤੇ ਉਹ ਜੀ ਬੱਚੇ ਬੈਠੇ ਐ ਇਹਨਾਂ ਦੀ ਹਰਕਤਾਂ ਦੇਖ ਕੇ ਨਾ ਮੈਨੂੰ ਯਾਦ ਆਇਆ ਉਹ ਇੱਕ ਹਕਾਇਤ ਮਸ਼ਹੂਰ ਹੈ ਕਿ ਇੱਕ ਬਾਦਸ਼ਾਹ ਸੀ ਤੇ ਹੈ ਫਿਤਰੀ ਤੌਰ ਤੇ ਬਖੀਲ ਸੀ ਉਹਦਾ ਜਦੋਂ ਕੋਈ ਬੰਦਾ ਆਣਾ ਨਾ ਤੇ ਉਹਨੇ ਮੰਗਣਾ ਉਹਨੇ ਕਿ ਅੱਲਾ ਦੇ ਨਾਂ ਤੇ ਕੁਝ ਦੇ ਬਹੁਤ ਪਰੇਸ਼ਾਨ ਆ ਰਿਹਾ ਆ ਤੇਰੀ ਰਿਆਇਆ ਵਾ ਉਹਨੇ ਆਪਣਾ ਤਾਜ ਚੁਕਣਾ ਤੇ ਇੰਜ ਹੱਥ ਫੇਰਨਾ ਤੇ ਕੋਈ ਵਾਲ ਅਗਰ ਆ ਜਾਣਾ ਹੱਥ ਇਸ ਤੇ ਉਹਨੇ ਕਹਿਣਾ ਇਹ ਇੰਨੀ ਥੈਲੀਆਂ ਥੈਲੀਆਂ ਦੇ ਦੇ ਹੋਏ ਸ਼ਰਤੀਆਂ ਦੇ ਤੇ ਇੱਕ ਮਸਕੀਨ ਆ ਗਿਆ ਤੇ ਉਹਨੇ ਕਿਹਾ ਜੀ ਬਹੁਤ ਬੁਰੇ ਹਾਲਾਤ ਨੇ ਬੱਚੇ ਭੁੱਖੇ ਨੇ ਤੇ ਉਹਨੇ ਤਾਜ ਲਾਇਆ ਤੇ ਉਹਨੇ ਹੱਥ ਫੇਰਿਆ ਕਹਿੰਦਾ ਯਾਰ ਕੋਈ ਵਾਲ ਨਹੀਂ ਹੈ ਤੇਰੇ ਨਸੀਬ ਵਿੱਚ ਕੁਝ ਹੈ ਨਹੀਂ ਉਹਨੇ ਕਿਹਾ ਜੀ ਮੈਂ ਬਹੁਤ ਪਰੇਸ਼ਾਨ ਹਾਂ ਬੜੀ ਆਸਾਂ ਨਾਲ ਆਇਆ ਉਹਨੇ ਦੂਜੀ ਵਾਰੀ ਕਹਿੰਦਾ ਚਲੋ ਤੇਰੇ ਆਕੇ ਤੇ ਇੱਕ ਵਾਰੀ ਫਿਰ ਟਰਾਈ ਮਾਰ ਲੈ
ਉਹਨੇ ਫਿਰ ਹੱਥ ਫੇਰਿਆ ਕਹਿੰਦਾ ਅਜੇ ਵੀ ਕੋਈ ਵਾਲ ਨਹੀਂ ਆਇਆ। ਤੀਸਰੀ ਵਾਰੀ ਹੱਥ ਫੇਰਿਆ ਉਹਨੇ ਕਿਹਾ ਬਾਦਸ਼ਾਹ ਇਹ ਤੇ ਕੋਈ ਇਨਸਾਫ ਨਾ ਹੋਇਆ, ਜ਼ਰੂਰਤ ਮੈਨੂੰ ਹੈ ਤੇ ਹੱਥ ਤੂੰ ਫੇਰੀ ਜਾ ਰਿਹਾ, ਇੱਕ ਮੌਕਾ ਮੈਨੂੰ ਦੇ ਦੇ। ਮੈਂ ਤੈਨੂੰ ਦੱਸਾਂ ਕਿ ਵਾਲ ਹੱਥ ਚ ਆਉਂਦੇ ਨੇ ਕਿ ਨਹੀਂ ਆਉਂਦੇ, ਤੇਰੇ ਸਿਰ ਤੇ ਤੀਲਾ ਰਹਿ ਜਾ ਤੇ ਫਿਰ ਜਾ। ਗੱਲ ਇਹ ਹੈ ਕਿ ਇਹ ਤਲਾਸ਼ੀਆਂ ਲੈਣਗੇ ਜਿਹੜੇ ਖੁਦ ਚੋਰ ਨੇ ਤੇ ਚੋਰਾਂ ਦੇ ਨੁਮਾਇੰਦੇ ਬਣ ਕੇ ਆਏ ਨੇ। ਇਹ ਕਿਸੇ ਫਕੀਰ ਨੂੰ ਬਿਠਾਓ ਤੁਹਾਨੂੰ ਪਤਾ ਲੱਗੇ ਕਿ ਜਨਾਬ ਕਿਸ ਜਗ੍ਹਾ ਤੇ ਚੋਰੀ ਹੈ ਤੇ ਕਿਸ ਜਗ੍ਹਾ ਤੇ ਇਨਸਾਫ ਹੈ। ਓਏ ਖੁਦਾ ਦੇ ਬੰਦੇ ਹੋ, ਅੱਜ ਵੀ ਮੌਕਾ ਜੇ ਇਸ ਗਰੀਬ ਦੇ ਹੱਥ ਤੋਂ ਬਚ ਜਾਓ। ਕਹਿੰਦੇ ਨੇ ਬਲੋਚਾਂ ਨੇ ਹਥਿਆਰ ਉਠਾ ਲਈਏ, ਪਠਾਨ ਹਮਾਰੇ ਖਿਲਾਫ ਹੋ ਗਏ ਹੈ, ਵੋ ਹਮਾਰੇ ਖਿਲਾਫ ਹੋ ਗਏ, ਕਿਉਂ ਤੁਹਾਡੇ ਖਿਲਾਫ ਨਾ ਹੋਣ, ਆਪਣੀ ਕਰਤੂਤਾਂ ਠੀਕ ਕਰੋ। ਹਜ਼ਰਤ ਫਾਰੂਕ ਆਜ਼ਮ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਫਰਮਾਇਆ ਸੀ, ਅਗਰ ਮੈਂ ਅਗਲੇ ਸਾਲ ਜ਼ਿੰਦਾ ਰਿਹਾ ਤੇ ਸਰਾ ਦੀਆਂ ਪਹਾੜੀਆਂ ਦੇ ਅੰਦਰ ਜਿਹੜਾ ਚਰਵਾਹਾ ਬੱਕਰੀਆਂ ਚਰਾ ਰਿਹਾ ਹੈ ਉਹਦਾ ਹੱਕ ਵੀ ਉਹਦੇ ਦਰਵਾਜ਼ੇ ਤੇ ਪਹੁੰਚਾਵਾਂਗਾ, ਇਸ ਤੋਂ ਪਹਿਲੇ ਕਿ ਉਹ ਮੰਗਣ ਮੇਰੇ ਦਰਵਾਜ਼ੇ ਤੇ ਆ। ਫਾਰੂਕ ਆਜ਼ਮ ਨੇ ਸਦੀਆਂ ਪਹਿਲੇ ਦੱਸਿਆ ਸੀ ਬਗਾਵਤ ਮੁਕਾਉਣ ਦਾ ਇੱਕੋ ਤਰੀਕਾ ਹੈ ਕਿ ਹੱਕਦਾਰ ਦਾ ਹੱਕ ਉਹਦੇ ਦਰਵਾਜ਼ੇ ਤੇ ਪਹੁੰਚਾ। ਬਲੋਚਿਸਤਾਨ ਦੀ ਮਾਂ ਸਰਦੀਆਂ ਤੇ ਬਾਰਿਸ਼ ਚ ਵੀ ਲੱਕੜੀਆਂ ਚੁਣਦੀ ਹੋਵੇ ਤੇ ਬਲੋਚਿਸਤਾਨ ਚੋਂ ਨਿਕਲੀ ਹੋਈ ਗੈਸ ਸਿਆਲਕੋਟ ਤੱਕ ਪਹੁੰਚ ਕੇ ਤੇ ਨਾਰੋਵਾਲ ਤੱਕ ਪਹੁੰਚ ਕੇ ਜਨਾਬ ਆਲਾ ਲੋਕਾਂ ਦੇ ਚੁੱਲ੍ਹੇ ਗਰਮ ਕਰ ਰਹੀ ਹੋਵੇ ਤੇ ਫਿਰ ਦੱਸ ਤਕਲੀਫ ਤੇ ਹੋਏਗੀ ਉਹਨਾਂ ਨੂੰ? ਨਹੀਂ ਹੋਏ। ਇਹ ਮੇਰੇ ਨਬੀ ਦਾ ਦੀਨ ਹੀ ਹੈ ਜਿਹੜਾ ਤਮਾਮ ਸ਼ਿਕਵੇ ਦੂਰ ਕਰ ਸਕਦਾ ਹੈ। ਇਹ ਮੇਰੇ ਮੁਸਤਫਾ ਦਾ ਦੀਨ ਹੀ ਹੈ ਕਿ ਘਰ ਦੇ ਅੰਦਰ ਮਹੀਨੇ ਤੋਂ ਰੋਟੀ ਨਾ ਪੱਕੀ ਹੋਵੇ, ਸਾਲਾ ਨਾ ਪੱਕਿਆ ਹੋਵੇ, ਖਜੂਰਾਂ ਤੇ ਗੁਜ਼ਾਰਾ ਚੱਲ ਰਿਹਾ ਹੋਵੇ ਤੇ ਫਿਰ ਸਿਹਾਬਾ ਕਹਿੰਦੇ ਨੇ ਬਾਲ ਦਾ ਇਤਨਾ ਡੇਰਾਇਆ, ਇੱਕ ਪਾਸੇ ਖੜਾ ਬੰਦਾ ਦੂਜੇ ਪਾਸੇ ਵਾਲੇ ਨੂੰ ਵੇਖ ਨਹੀਂ ਸਕਦਾ। ਹਜ਼ੂਰ ਨੇ ਦੋਵਾਂ ਹੱਥਾਂ ਨਾਲ ਬਾਲ ਵੰਡਣਾ ਸ਼ੁਰੂ ਕੀਤਾ ਗਰੀਬਾਂ ਚ, ਇੰਨਾ ਕੋ ਬਚ ਗਿਆ। ਹਜ਼ੂਰ ਮਗਰਬੀ ਉੱਥੇ ਪੜੀ, ਸ਼ਾਹ ਉੱਥੇ ਪੜੀ, ਰਾਤੀ ਮਸਜਿਦ ਰਹੇ, ਸੁਬਹ ਨਮਾਜ਼ ਉੱਥੇ ਪੜੀ, ਜ਼ੁਹਰ ਉੱਥੇ ਪੜੀ, ਅਸਰ ਉੱਥੇ ਪੜੀ, ਫਿਰ ਮਦੀਨੇ ਦੇ ਮੁਜ਼ਾਫਾਤ ਤੇ ਪਿੰਡਾਂ ਚੋਂ ਕੁਝ ਬੰਦੇ ਆਏ, ਹਜ਼ੂਰ ਨੇ ਉਹ ਸਮਾਨ ਉਹਨਾਂ ਨੂੰ ਦਿੱਤਾ ਤੇ ਇੰਜ ਕਰਕੇ ਸਰਕਾਰ ਆਪਣੇ ਘਰ ਤਸ਼ਰੀਫ ਲੈ ਕੇ ਗਏ। ਇੰਜ ਬਾਲ ਵੰਡਣ ਵਾਲੇ ਇਕਤਦਾਰ ਤੇ ਲੈ ਆਓ, ਅੱਲਾ ਦੀ ਕਸਮ ਗਰੀਬੀ ਰਹਿ ਹੀ ਨਹੀਂ। ਲੇਕਿਨ ਤੁਸੀਂ ਲੈ ਕੇ ਹੀ ਉਹ ਆਉਂਦੇ ਹੋ ਜਿਹੜੇ ਬਦਮਾਸ਼ ਖੁਦ ਚੋਰ ਨੇ, ਲੇਕਿਨ ਇਹਨਾਂ ਸਾਰੀਆਂ ਚੀਜ਼ਾਂ ਦਾ ਇੱਕੋ ਹੱਲ ਹੈ, ਉਹ ਮੁਹੰਮਦ ਅਰਬੀ ਦਾ ਦੀਨ। ਚਾਹੁੰਦੇ ਹੋ ਕਿ ਹਜ਼ੂਰ ਦਾ ਦੀਨ ਆਵੇ? ਕਿਹੜਾ ਕਿਹੜਾ ਚਾਹੁੰਦਾ? ਸੁਭਾਨ ਅੱਲਾਹ। ਇਹ ਨਾਲ ਦੇ ਮੁਲਕ ਅਫਗਾਨਿਸਤਾਨ ਦੇ ਮੌਲਵੀਆਂ ਦੀ ਹਕੂਮਤ ਆਈ ਹੈ। ਇਹ ਉਹਨਾਂ ਲੋਕਾਂ ਵਾਸਤੇ ਜਿਹੜੇ ਕਹਿੰਦੇ ਮੌਲਵੀਆਂ ਨੂੰ ਕੀ ਪਤਾ ਹਕੂਮਤ ਕਿਵੇਂ ਚੱਲਦੀ, ਮੌਲਵੀਆਂ ਨੂੰ ਲੜਨਾ ਆਉਂਦਾ। ਅਸੀਂ ਨਵੇਂ ਨਵੇਂ ਜੇਲ੍ਹੋਂ ਬਾਹਰ ਨਿਕਲੇ 2021 'ਚ ਖਾਨ ਸਾਹਿਬ ਦੇ ਦੌਰ 'ਚ, ਆਖਰੀ ਕਰੈਕਟ ਆਡਿਟ ਤੇ ਟੀਵੀ ਤੇ ਬੜੇ ਮੁਫੱਕਰ ਲੱਗੇ ਹੋਏ, ਕਹਿੰਦੇ ਮੌਲਵੀ 6 ਮਹੀਨੇ ਨਹੀਂ ਮੁਲਕ ਚਲਾ ਸਕਣਗੇ, ਦੇਖਣਾ ਇਹ ਆਪਸ ਵਿੱਚ ਲੜ ਲੜ ਮਰ ਜਾਣਗੇ। ਅੱਜ 2 ਸਾਲ ਗੁਜ਼ਰ ਗਏ ਨੇ, ਮੌਲਵੀਆਂ ਦਾ 1000 ਜਿਹੜਾ ਸਾਡੇ ਜਨਾਬ ਉਸ ਟਾਈਮ 500 ਤੋਂ ਵੀ ਸ਼ਾਇਦ ਥੱਲੇ ਸੀ, ਉਹਨਾਂ ਦਾ 1000 ਸਾਡੇ 3800 ਤੋਂ ਵੀ ਜ਼ਿਆਦਾ ਕੀਮਤੀ ਹੋ ਗਿਆ ਹੈ। ਡਾਲਰ ਉੱਥੇ 70-72 ਦਾ ਹੋ ਗਿਆ, ਸਾਡੇ ਮੁਲਕ 300 ਵੀ ਲੰਘ ਕੇ ਵਾਪਸ ਆਇਆ ਹੋਣ ਤੇ ਹੁਣ ਵੀ ਨੇੜੇ ਤੇੜੇ ਹੀ ਹੈ 300 ਦੇ, ਤੇ ਪੈਟਰੋਲ ਉੱਥੇ 60-62 ਦਾ ਹੋਵੇ ਤੇ ਮੇਰੇ ਮੁਲਕ 300 ਟੱਪਿਆ ਖਲੋਤਾ ਹੋਵੇ, ਕਿ ਅਜੇ ਵੀ ਮੂਡ ਕੋਈ ਨਹੀਂ ਕਿ ਇੱਕ ਮੌਕਾ ਮੌਲਵੀਆਂ ਨੂੰ ਵੀ ਦੇਣਾ ਚਾਹੀਦਾ? ਹੌਲੀ ਹੌਲੀ ਬੋਲ ਰਹੇ ਹੋ, ਮੌਲਵੀਆਂ ਨੂੰ ਤੁਸੀਂ ਜਨਾਹ ਦੇ ਪ੍ਰਾਣ ਤੇ ਰੱਖਣਾ, ਮੌਲਵੀਆਂ ਨੂੰ ਬਸ ਜਨਾਬ ਨਿਕਾਮਤ ਦੇ ਜਨਾਬ ਜਨਾਜ਼ਿਆਂ ਤੇ ਰੱਖੋ। ਜਿਹੜਾ ਕੰਮ ਤੁਸੀਂ ਮੌਲਵੀਆਂ ਦੇ ਜ਼ਿੰਮੇ ਲਾਇਆ ਮੌਲਵੀਆਂ ਨੇ ਕੀਤਾ, ਇੱਕ ਮੌਕਾ ਮੁਲਕ ਚਲਾਉਣ ਦਾ ਵੀ ਦਿਓ। ਕਹਿੰਦੇ ਨੇ ਐਸੇ ਮੌਲਵੀ ਮੁਲਕ ਚਲਾਏਗੇ, ਇਹਨਾਂ ਦੀ ਸਿਆਸਤ ਆਤੀ ਨਹੀਂ। ਤੁਸੀਂ ਇਵੇਂ ਦੀ ਸਿਆਸਤ ਚਾਹੁੰਦੇ ਹੋ ਕਿ ਸੜਕ ਤੇ ਲੱਗੇ 20 ਕਰੋੜ ਤੇ ਬਿੱਲ ਬਣੇ 80 ਕਰੋੜ ਦਾ ਤੇ ਬਾਕੀ ਸਾਰਾ 7 ਕਰੋੜ ਜੇ ਬਣ ਜਾਏ, ਇਹ ਸਿਆਸਤ ਹੈ ਤੇ ਅੱਲਾਹ ਕਰੇ ਸਾਨੂੰ ਇਵੇਂ ਦੀ ਸਿਆਸਤ ਕਦੀ ਵੀ ਨਾ ਆਏ। ਅਸੀਂ ਉਸ ਸਿਆਸਤ ਸਿੱਖਣਾ ਚਾਹੁੰਦੇ ਹਾਂ ਜੋ ਸਾਡੇ ਨਬੀ ਨੇ ਸਿਖਾਈ।